ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਸ਼ਾਮਿਲ ਹੋਏ। ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਜਲੰਧਰ ਵੈਸਟ ਦੇ ਬਾਈ ਇਲੈਕਸ਼ਨ ਨੂੰ ਲੈ ਕੇ ਰੱਖੀ ਗਈ ਹੈ, ਤੁਸੀਂ ਸਾਰੇ ਜਾਣਦੇ ਹਾਂ ਕਿ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਥੋਪਿਆ ਗਿਆ ਕੁਝ ਲੋਕਾਂ ਵੱਲੋਂ, ਕੁਝ ਨਲਾਇਕ ਜਿਹੜੇ ਕੰਮ ਨਹੀਂ ਕਰ ਸਕੇ, ਜਲੰਧਰ ਵੈਸਟ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ, ਉਹਨਾਂ ਦੇ ਕਾਰਨ ਇਹ ਸਾਰੇ ਇਲੈਕਸ਼ਨ ਨੂੰ ਆਪਣੇ ਸਿਰ 'ਤੇ ਪਾ ਦਿੱਤਾ ਗਿਆ। ਅਗਲਾ ਮੇਰਾ ਸਵਾਲ ਹੈ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੀ, ਜਿਹੜੇ ਲਗਾਤਾਰ 4 ਵਾਰ ਕੌਂਸਲਰ ਵੀ ਰਹੇ ਅਤੇ ਪਿਛਲੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ, ਪਾਵਰਫੁੱਲ ਪੁਜੀਸ਼ਨ, ਜਿਹਨਾਂ ਦਾ ਵੱਡਾ ਕਾਰਪੋਰੇਸ਼ਨ 'ਚ ਦਫ਼ਤਰ, ਸਾਰਾ ਕਾਰਪੋਰੇਸ਼ਨ ਦੇ ਡਿਵੈਲਪਮੈਂਟ ਦਾ, ਫੰਡਾਂ ਦਾ ਆਦਾਨ ਪ੍ਰਦਾਨ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਹੋ ਕੇ ਲੰਘਦਾ ਸੀ, ਅਤੇ ਉਹ ਜਿਹੜੇ ਇਸੇ ਵੈਸਟ ਵਿੱਚ ਅਲੱਗ ਅਲੱਗ ਵਾਰਡਾਂ ਤੋਂ ਚੋਣ ਲੜਦੇ ਰਹੇ ਪਿਛਲੇ 15-20 ਸਾਲ ਅਲੱਗ ਅਲੱਗ ਵਾਰਡਾਂ ਤੋਂ, ਲੇਕਿਨ ਤੁਸੀਂ ਵੀ ਹੈਰਾਨ ਹੋਣੇ ਆ ਕਿ ਇਸ ਵੈਸਟ ਵਿੱਚ ਡਿਵੈਲਪਮੈਂਟ ਕਿੰਨੀ ਕੁ ਹੋਈ ਹੈ। ਉਸ ਨੂੰ ਲੈ ਕੇ ਅੱਜ ਸਾਡੇ ਬਹੁਤ ਮਾਣਯੋਗ ਸਰਦਾਰ ਹਰਜੋਤ ਸਿੰਘ ਬੈਂਸ ਜੀ, ਮਾਣਯੋਗ ਐਜੂਕੇਸ਼ਨ ਮਿਨਿਸਟਰ ਜੀ ਵੀ ਤੁਹਾਡੇ ਨਾਲ ਆਪਣੀ ਗੱਲ ਕਰਨਗੇ, ਪਰ ਮੈਂ ਆਪਣੇ ਵੱਲੋਂ ਵੀ ਇੱਕ ਜ਼ਰੂਰ ਗੱਲ ਕਰਨੀ ਚਾਹੁੰਦਾ। ਸੁਰਿੰਦਰ ਕੌਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਸੀਨੀਅਰ ਡਿਪਟੀ ਮੇਅਰ ਰਹੇ, ਤੁਹਾਡਾ ਕਾਰਪੋਰੇਸ਼ਨ ਵਾਲਾ ਦਫ਼ਤਰ ਜ਼ਿਆਦਾਤਰ ਬੰਦ ਕਿਉਂ ਰਿਹਾ, ਉੱਥੇ ਜਿੰਦਰਾ ਕਿਉਂ ਲਟਕਦਾ ਰਿਹਾ? ਤੁਸੀਂ ਜਲੰਧਰ ਵੈਸਟ ਦੇ 23 ਕੌਂਸਲਰ, 23 ਵਾਰਡਾਂ, ਉਹਨਾਂ ਨੂੰ ਬਿਠਾ ਕੇ ਕਦੀ ਇੱਥੇ ਦੀਆਂ ਮੁਸ਼ਕਲਾਂ ਕਿਉਂ ਨਹੀਂ ਸੁਣੀਆਂ, ਕਿਉਂ ਨਹੀਂ ਹੱਲ ਕੀਤੀਆਂ? ਇਸ ਸੰਬੰਧੀ ਸਾਰੀ ਗੱਲਬਾਤ ਮੈਂ ਅੱਗੇ ਚਲਾਉਣ ਵਾਸਤੇ ਬੇਨਤੀ ਕਰੂੰਗਾ ਮਾਣਯੋਗ ਬੈਂਸ ਸਾਹਿਬ ਨੂੰ, ਐਜੂਕੇਸ਼ਨ ਮੰਤਰੀ ਜੀ ਨੂੰ, ਕਿ ਉਹ ਤੁਹਾਡੇ ਨਾਲ ਗੱਲਬਾਤ ਕਰਨ। ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਆਪ ਸਭ ਮੀਡੀਆ ਦੇ ਸਾਥੀ, ਆਪ ਸਭ ਨੂੰ ਤਾਂ ਮੈਂ ਧੰਨਵਾਦ ਵੀ ਕਰਦਾ ਅਤੇ ਦਿਲੋਂ ਜੀ ਆਇਆਂ ਨੂੰ ਆਖਦਾ। ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਜਲੰਧਰ ਲੋਕ ਸਭਾ ਤੋਂ ਜੋ ਸਾਡੇ ਉਮੀਦਵਾਰ ਸੀ ਸ਼੍ਰੀ ਪਵਨ ਕੁਮਾਰ ਟੀਨੂ ਜੀ। ਅੱਜ ਦੀ ਇਸ ਪੀਸੀ ਦਾ ਮਕਸਦ ਇਹ ਹੈ, ਆਪ ਸਭ ਜਾਣਦੇ ਹੋ ਕਿ ਜਲੰਧਰ ਪੱਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ। ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ ਸੁਰਿੰਦਰ ਕੌਰ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ। ਬੀਬੀ ਸੁਰਿੰਦਰ ਕੌਰ ਜੀ 4 ਵਾਰ ਤੋਂ, ਪਿਛਲੇ 20 ਸਾਲਾਂ ਤੋਂ ਕੌਂਸਲਰ ਹਨ ਅਤੇ ਪਿਛਲੇ ਪੂਰੀ ਇੱਕ ਟਰਮ ਤੋਂ ਸੀਨੀਅਰ ਡਿਪਟੀ ਮੇਅਰ, 5 ਸਾਲ ਤੋਂ ਕਾਂਗਰਸ ਦਾ ਜਲੰਧਰ ਪੱਛਮੀ ਦਾ ਉਮੀਦਵਾਰ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਨੇ, ਅਤੇ ਅੱਜ ਜਲੰਧਰ ਪੱਛਮੀ ਦੇ ਲੋਕਾਂ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੀ ਨੂੰ, ਜੋ ਸੀਨੀਅਰ ਡਿਪਟੀ ਮੇਅਰ ਹਨ, ਉਹਨਾਂ ਨੂੰ 5 ਸਵਾਲ ਨੇ। ਇਹ ਜਲੰਧਰ ਪੱਛਮੀ ਦੇ ਲੋਕਾਂ ਦੇ ਸਵਾਲ ਨੇ, ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ। ਨੰਬਰ 1,
ਜਿਵੇਂ ਮੇਰੇ ਵੱਡੇ ਵੀਰ ਟੀਨੂ ਜੀ ਨੇ ਦੱਸਿਆ ਤੇ ਜੋ ਮੀਡੀਆ ਦੇ ਸਾਥੀ ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਹਾ ਤੇ ਤਾਲਾ ਲੱਗਾ ਰਿਹਾ। ਇੱਕ ਕੌਂਸਲਰ ਦਾ ਫਰਜ਼ ਹੁੰਦਾ, ਅਸੀਂ ਵੀ, ਮੈਂ ਵੀ MLA ਹਾਂ, ਅਸੀਂ ਆਪਣੇ ਹਲਕੇ ਦੇ ਵਿੱਚ ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ, ਜਿੱਥੇ ਭਾਈਚਾਰਾ, ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ। ਇਕੱਲੇ ਦਫ਼ਤਰ ਨੂੰ ਤਾਲਾ ਨਹੀਂ ਲੱਗਾ ਰਿਹਾ, ਜਲੰਧਰ ਪੱਛਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ। ਜਲੰਧਰ ਪੱਛਮੀ ਦੇ ਵੋਟਰ ਤਾਂ ਛੱਡੋ, ਮੈਂ ਗਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ, 23 ਦੇ 23 ਕੌਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਹਾਂ, ਕੀ ਕਰਨਾ ਜਾਂ ਕੀ ਕਰਨ ਵਾਲਾ। ਦਿਸ ਇਜ਼ ਆ ਫਸਟ ਕੁਐਸਚਨ, ਇਹ ਸਾਡਾ ਪਹਿਲਾ ਸਵਾਲ। ਨੰਬਰ 2, ਸਭ ਤੋਂ ਅਹਿਮ ਮੁੱਦਾ, ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ ਭਾਂਤ ਵਾਕਫ ਹੋ, ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ, ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ ਸਮਾਰਟ ਸਿਟੀ ਦੇ ਫੰਡ ਆਏ ਸੀ। ਕਾਰਪੋਰੇਸ਼ਨ ਤੇ ਕਿਹਦਾ ਰਾਜ? ਕਾਂਗਰਸ ਦਾ। ਤੇ ਪਿਛਲੀ ਸਰਕਾਰ ਕਿਹਦੀ ਪੰਜਾਬ ਦੇ ਵਿੱਚ? ਕਾਂਗਰਸ ਦੀ। ਕਾਂਗਰਸ ਦੀ ਪੰਜਾਬ ਸਰਕਾਰ ਹੁੰਦਿਆਂ, ਕਾਂਗਰਸ ਦੀ ਕਾਰਪੋਰੇਸ਼ਨ ਹੁੰਦਿਆਂ, ਅਰਬਾਂ ਰੁਪਏ ਦਾ ਘਪਲਾ ਸਮਾਰਟ ਸਿਟੀ ਦਾ ਜਲੰਧਰ ਦੇ ਵਿੱਚ ਹੋਇਆ, 7.5 ਅਰਬ ਦਾ, 760 ਕਰੋੜ ਦਾ। ਉਸ ਘਪਲੇ ਦੇ ਵਿੱਚ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ, ਜਾਂ ਤਾਂ ਉਹ ਸ਼ਾਮਿਲ ਹੈ, ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ? 760 ਕਰੋੜ। ਅੱਜ ਅਗਰ ਜਲੰਧਰ ਦੇ ਸ਼ਹਿਰ ਵਾਸੀ ਤਰਾ ਤਰਾ ਕਰ ਰਹੇ ਨੇ ਸੀਵਰੇਜ ਤੋਂ, ਗਲੀਆਂ ਤੋਂ, ਨਾਲੀਆਂ ਤੋਂ, ਸਟਰੀਟ ਲਾਈਟ ਤੋਂ, ਸੜਕਾਂ ਤੋਂ, ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ, ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਹੈ, ਜੋ ਹੁਣ ਜਲੰਧਰ ਪੱਛਮੀ ਦੇ ਵਿੱਚ ਉਮੀਦਵਾਰ ਐਲਾਨਤੀ। ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ ਸਮਾਰਟ ਸਿਟੀ ਦੇ ਘਪਲੇ ਬਾਰੇ? ਬੀਬੀ ਜੀ, ਤੁਹਾਡੀ ਕੀ ਰਾਏ ਹੈ? ਹੁਣ ਹੋਰ ਘਪਲੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਨੂੰ ਟਿਕਟ ਦੇ ਦਿੱਤੀ? ਨੰਬਰ 3, ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ, ਗਲੀਆਂ, ਨਾਲੀਆਂ, ਸੀਵਰੇਜ, ਕੂੜੇ, ਸਟਰੀਟ ਲਾਈਟ, ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ। ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ। ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਹੈ। ਕੀ ਬੀਬੀ ਸੁਰਿੰਦਰ ਕੌਰ ਜੀ, ਕਿਉਂਕਿ ਇਹ ਵਾਜਿਬ ਆ ਉਹਨਾਂ ਤੋਂ ਪੁੱਛਣਾ ਨਾ, ਉਹ ਕੌਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ, ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ? ਕੋਈ ਕੰਮ ਦੱਸ ਸਕਦੇ ਹੋ ਜਲੰਧਰ ਪੱਛਮੀ ਲਈ? ਕੋਈ ਦੇਣ, ਕੋਈ ਤੁਹਾਡਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ? ਨੰਬਰ 3 ਸਾਡਾ ਸਵਾਲ। ਤੇ ਨੰਬਰ 4, ਮੈਂ ਦਾਅਵੇ ਨਾਲ ਕਹਿ ਸਕਦਾ, ਪ੍ਰਾਪਤੀ ਤਾਂ ਨਹੀਂ ਦੱਸ ਸਕਦੇ, ਪਰ ਇੱਕ ਗਿਫਟ ਜ਼ਰੂਰ ਬੀਬੀ ਸੁਰਿੰਦਰ ਕੌਰ ਨੇ, ਜੋ ਕਾਂਗਰਸ ਦੇ ਉਮੀਦਵਾਰ ਹੈ, ਸੀਨੀਅਰ ਡਿਪਟੀ ਮੇਅਰ ਹੈ, ਜਲੰਧਰ ਪੱਛਮੀ ਦੇ ਲੋਕਾਂ ਨੂੰ ਦਿੱਤਾ, ਇੱਕ ਗਿਫਟ ਉਹਨੇ ਦਿੱਤਾ। ਉਹ ਗਿਫਟ ਪਤਾ ਕੀ ਹੈ? ਉਹ ਗਿਫਟ ਹੈ ਵਰਿਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ, ਕੂੜੇ ਦਾ ਪਹਾੜ। ਅੱਜ ਉੱਥੇ ਆਸ ਪਾਸ ਲੋਕਾਂ ਦਾ ਰਹਿਣਾ, ਉੱਠਣਾ, ਬਹਿਣਾ, ਵਿਚਰਨਾ ਮੁਸ਼ਕਿਲ ਹੋ ਚੁੱਕਿਆ। ਜਿਹੜਾ ਏਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ, ਜਿਹਦੀ ਕਲਮ ਤੇ ਜਿਹਦੇ ਦਫ਼ਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਚੁਕਾਉਣ ਦੀ, ਜਿਹੜਾ ਉਹ ਨਹੀਂ ਚੁਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ। ਉਹ ਜਲੰਧਰ ਪੱਛਮੀ ਦੇ ਜਿਹੜੇ ਹਰ ਗਲੀ ਦੇ, ਹਰ ਪਾਸੋਂ, ਹਰ ਸੜਕ ਦੀ ਸਫਾਈ ਕਿੱਥੋਂ ਕਰਾ ਦੇਣਗੇ?
ਸ਼ੀ ਹੈਜ਼ ਮਿਜ਼ਰੇਬਲੀ ਫੇਲਡ। ਉਹਨਾਂ ਨੇ ਕਰਨਾ ਤਾਂ ਕੀ ਸੀ, ਕੂੜੇ ਦਾ ਪਹਾੜ ਦੇ ਦਿੱਤਾ। ਵਰਿਆਣਾ ਡੰਪ ਬਾਰੇ ਬੀਬੀ ਸੁਰਿੰਦਰ ਕੌਰ ਜੀ, ਆਪ ਜੀ ਦਾ ਕੀ ਵਿਚਾਰ ਹੈ? ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ, ਜਲ ਹੈ ਤਾਂ ਜੀਵਨ ਹੈ। ਅੱਜ ਜਲੰਧਰ ਪੱਛਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ। 20 ਸਾਲਾਂ ਤੋਂ ਤੁਸੀਂ ਕੌਂਸਲਰ ਰਹੇ ਹੋ, 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ। ਬੀਬੀ ਜੀ, ਤੁਸੀਂ ਕਿੰਨੇ ਟਿਊਬਵੈਲ ਜਿਹੜੇ ਹੈ ਇਸ ਇਲਾਕੇ 'ਚ ਲਗਾਏ ਹੈ, ਉਹ ਤੁਸੀਂ ਲੋਕਾਂ ਨੂੰ ਦੱਸੋ, ਜਨਤਾ ਨੂੰ ਦੱਸੋ, ਮੀਡੀਆ ਨੂੰ ਦੱਸੋ। ਤਾਂ 5 ਸਵਾਲ, ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ, ਨਾ ਤੁਸੀਂ ਲੋਕਾਂ 'ਚ ਵਿਚਰੇ। ਨੰਬਰ 2, ਸਮਾਰਟ ਸਿਟੀ ਦੇ ਪੈਸਾ ਵਿੱਚ ਜਦੋਂ ਘਪਲਾ ਹੋਇਆ, ਤੁਸੀਂ ਹਿੱਸੇਦਾਰ ਸੀ? ਜੇ ਹਿੱਸੇਦਾਰ ਨਹੀਂ ਸੀ, ਮੂੰਹ ਕਿਉਂ ਨਹੀਂ ਖੋਲਿਆ? ਨੰਬਰ 3, ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ, ਕੂੜੇ ਦਾ ਪਹਾੜ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ? ਨੰਬਰ 4, ਸੜਕਾਂ, ਗਲੀਆਂ, ਨਾਲੀਆਂ, ਸੀਵਰੇਜ, ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਛ ਕੀਤਾ? ਤੇ ਨੰਬਰ 5, ਪੀਣ ਵਾਲਾ ਪਾਣੀ, ਟਿਊਬਵੈਲ ਕਿੰਨੇ ਲਗਾਏ? ਤਾਂ ਇਹ 5 ਸਵਾਲ ਆਮ ਆਦਮੀ ਪਾਰਟੀ, ਇਹ ਕੋਈ ਆਮ ਆਦਮੀ ਪਾਰਟੀ ਦੇ ਨਹੀਂ, ਇਹ ਜਲੰਧਰ ਲੋਕਾਂ ਦੇ ਸਵਾਲ ਹੈ ਤੇ ਪੁੱਛਣਾ ਫਰਜ਼ ਹੈ, ਬਿਕੋਜ਼ ਉਹ ਸੀਨੀਅਰ ਡਿਪਟੀ ਮੇਅਰ ਰਹੇ ਨੇ। ਇਹਨਾਂ 5 ਮੁੱਦਿਆਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਆਪ ਜੀ ਦੀ ਕਲਮ ਦੇ ਰਾਹੀਂ, ਆਪ ਜੀ ਦੇ ਨਿਊਜ਼ ਚੈਨਲਸ ਦੇ ਰਾਹੀਂ, ਆਪ ਜੀ ਦੇ ਵੈਬ ਪੋਰਟਲਸ ਦੇ ਰਾਹੀਂ, ਮੈਨੂੰ ਪੂਰਾ ਯਕੀਨ ਹੈ ਤੁਸੀਂ ਸਾਡੀ ਆਵਾਜ਼ ਲੋਕ ਉਹਨਾਂ ਤੱਕ ਜ਼ਰੂਰ ਪਹੁੰਚਾਓਗੇ। ਬਹੁਤ ਬਹੁਤ ਧੰਨਵਾਦ। ਕਿ ਤੁਸੀਂ ਅੱਜ ਇਸ ਪ੍ਰੈਸ ਕਾਨਫਰੰਸ ਸ਼ਾਮਿਲ ਹੋਏ। ਅੱਜ ਦੀ ਇਹ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਜਲੰਧਰ ਵੈਸਟ ਦੇ ਬਾਈ ਇਲੈਕਸ਼ਨ ਨੂੰ ਲੈ ਕੇ ਰੱਖੀ ਗਈ ਹੈ। ਤੁਸੀਂ ਸਾਰੇ ਜਾਣਦੇ ਹਾਂ ਕਿ ਜਲੰਧਰ ਵੈਸਟ ਦਾ ਬਾਈ ਇਲੈਕਸ਼ਨ ਥੋਪਿਆ ਗਿਆ ਕੁਝ ਲੋਕਾਂ ਵੱਲੋਂ, ਕੁਝ ਨਲਾਇਕ ਜਿਹੜੇ ਕੰਮ ਨਹੀਂ ਕਰ ਸਕੇ, ਜਲੰਧਰ ਵੈਸਟ ਵਿੱਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ, ਉਹਨਾਂ ਦੇ ਕਾਰਨ ਇਹ ਸਾਰੇ ਇਲੈਕਸ਼ਨ ਨੂੰ ਆਪਣੇ ਸਿਰ 'ਤੇ ਪਾ ਦਿੱਤਾ ਗਿਆ। ਅਗਲਾ ਮੇਰਾ ਸਵਾਲ ਹੈ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਜੀ, ਜਿਹੜੇ ਲਗਾਤਾਰ 4 ਵਾਰ ਕੌਂਸਲਰ ਵੀ ਰਹੇ ਅਤੇ ਪਿਛਲੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ, ਪਾਵਰਫੁਲ ਪੁਜੀਸ਼ਨ, ਜਿਹਨਾਂ ਦਾ ਵੱਡਾ ਕਾਰਪੋਰੇਸ਼ਨ 'ਚ ਦਫ਼ਤਰ, ਸਾਰਾ ਕਾਰਪੋਰੇਸ਼ਨ ਦੇ ਡਿਵੈਲਪਮੈਂਟ ਦਾ, ਫੰਡਾਂ ਦਾ ਆਦਾਨ ਪ੍ਰਦਾਨ ਉਹਨਾਂ ਦੇ ਹੱਥਾਂ ਦੇ ਵਿੱਚ ਦੀ ਹੋ ਕੇ ਲੰਘਦਾ ਸੀ, ਅਤੇ ਉਹ ਜਿਹੜੇ ਇਸੇ ਵੈਸਟ ਵਿੱਚ ਅਲੱਗ ਅਲੱਗ ਵਾਰਡਾਂ ਤੋਂ ਚੋਣ ਲੜਦੇ ਰਹੇ ਪਿਛਲੇ 15-20 ਸਾਲ ਅਲੱਗ ਅਲੱਗ ਵਾਰਡਾਂ ਤੋਂ। ਲੇਕਿਨ ਤੁਸੀਂ ਵੀ ਹੈਰਾਨ ਹੋਣੇ ਆ ਕਿ ਇਸ ਵੈਸਟ ਵਿੱਚ ਡਿਵੈਲਪਮੈਂਟ ਕਿੰਨੀ ਕੁ ਹੋਈ ਹੈ। ਉਸ ਨੂੰ ਲੈ ਕੇ ਅੱਜ ਸਾਡੇ ਬਹੁਤ ਮਾਣਯੋਗ ਸਰਦਾਰ ਹਰਜੋਤ ਸਿੰਘ ਬੈਂਸ ਜੀ, ਮਾਣਯੋਗ ਐਜੂਕੇਸ਼ਨ ਮਿਨਿਸਟਰ ਜੀ ਵੀ ਤੁਹਾਡੇ ਨਾਲ ਆਪਣੀ ਗੱਲ ਕਰਨਗੇ, ਪਰ ਮੈਂ ਆਪਣੇ ਵੱਲੋਂ ਵੀ ਇੱਕ ਜ਼ਰੂਰ ਗੱਲ ਕਰਨੀ ਚਾਹੁੰਦਾ। ਸੁਰਿੰਦਰ ਕੌਰ ਜੀ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਸੀਨੀਅਰ ਡਿਪਟੀ ਮੇਅਰ ਰਹੇ, ਤੁਹਾਡਾ ਕਾਰਪੋਰੇਸ਼ਨ ਵਾਲਾ ਦਫ਼ਤਰ ਜ਼ਿਆਦਾਤਰ ਬੰਦ ਕਿਉਂ ਰਿਹਾ, ਉੱਥੇ ਜਿੰਦਰਾ ਕਿਉਂ ਲਟਕਦਾ ਰਿਹਾ? ਤੁਸੀਂ ਜਲੰਧਰ ਵੈਸਟ ਦੇ 23 ਕੌਂਸਲਰ, 23 ਵਾਰਡਾਂ, ਉਹਨਾਂ ਨੂੰ ਬਿਠਾ ਕੇ ਕਦੀ ਇੱਥੇ ਦੀਆਂ ਮੁਸ਼ਕਲਾਂ ਕਿਉਂ ਨਹੀਂ ਸੁਣੀਆਂ, ਕਿਉਂ ਨਹੀਂ ਹੱਲ ਕੀਤੀਆਂ? ਇਸ ਸੰਬੰਧੀ ਸਾਰੀ ਗੱਲਬਾਤ ਮੈਂ ਅੱਗੇ ਚਲਾਉਣ ਵਾਸਤੇ ਬੇਨਤੀ ਕਰੂੰਗਾ ਮਾਣਯੋਗ ਬੈਂਸ ਸਾਹਿਬ ਨੂੰ, ਐਜੂਕੇਸ਼ਨ ਮੰਤਰੀ ਜੀ ਨੂੰ, ਕਿ ਉਹ ਤੁਹਾਡੇ ਨਾਲ ਗੱਲਬਾਤ ਕਰਨ।
ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ। ਅੱਜ ਦੀ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਪਹੁੰਚੇ ਆਪ ਸਭ ਮੀਡੀਆ ਦੇ ਸਾਥੀ, ਆਪ ਸਭ ਨੂੰ ਤਾਂ ਮੈਂ ਧੰਨਵਾਦ ਵੀ ਕਰਦਾ ਅਤੇ ਦਿਲੋਂ ਜੀ ਆਇਆਂ ਨੂੰ ਆਖਦਾ। ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਜਲੰਧਰ ਲੋਕ ਸਭਾ ਤੋਂ ਜੋ ਸਾਡੇ ਉਮੀਦਵਾਰ ਸੀ ਸ਼੍ਰੀ ਪਵਨ ਕੁਮਾਰ ਟੀਨੂ ਜੀ। ਅੱਜ ਦੀ ਸਪੀਸੀ ਦਾ ਮਕਸਦ ਇਹ ਹੈ, ਆਪ ਸਭ ਜਾਣਦੇ ਹੋ ਕਿ ਜਲੰਧਰ ਪੱਛਮੀ ਦੀ ਬਾਈਪੋਲ 10 ਜੁਲਾਈ ਨੂੰ ਹੈ। ਇਸ ਬਾਈਪੋਲ ਦੇ ਵਿੱਚ ਕਾਂਗਰਸ ਪਾਰਟੀ ਨੇ ਬੀਬੀ ਸੁਰਿੰਦਰ ਕੌਰ ਜੀ ਨੂੰ ਆਪਣਾ ਉਮੀਦਵਾਰ ਐਲਾਨਿਆ। ਬੀਬੀ ਸੁਰਿੰਦਰ ਕੌਰ ਜੀ 4 ਵਾਰ ਤੋਂ ਪਿਛਲੇ 20 ਸਾਲਾਂ ਤੋਂ ਕੌਂਸਲਰ ਹਨ ਅਤੇ ਪਿਛਲੇ ਪੂਰੀ ਇੱਕ ਟਰਮ ਤੋਂ ਸੀਨੀਅਰ ਡਿਪਟੀ ਮੇਅਰ, 5 ਸਾਲ ਤੋਂ ਕਾਂਗਰਸ ਦਾ ਜਲੰਧਰ ਪੱਛਮੀ ਦਾ ਉਮੀਦਵਾਰ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਨੇ ਅਤੇ ਅੱਜ ਜਲੰਧਰ ਪੱਛਮੀ ਦੇ ਲੋਕਾਂ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਬੀਬੀ ਸੁਰਿੰਦਰ ਕੌਰ ਜੀ ਨੂੰ, ਜੋ ਸੀਨੀਅਰ ਡਿਪਟੀ ਮੇਅਰ ਹਨ, ਉਹਨਾਂ ਨੂੰ 5 ਸਵਾਲ ਨੇ। ਇਹ ਜਲੰਧਰ ਪੱਛਮੀ ਦੇ ਲੋਕਾਂ ਦੇ ਸਵਾਲ ਨੇ, ਇਹ ਆਮ ਆਦਮੀ ਪਾਰਟੀ ਉਹਨਾਂ ਤੋਂ ਪੁੱਛ ਰਹੀ ਹੈ। ਨੰਬਰ 1, ਜਿਵੇਂ ਮੇਰੇ ਵੱਡੇ ਵੀਰ ਟੀਨੂ ਜੀ ਨੇ ਦੱਸਿਆ ਅਤੇ ਜੋ ਮੀਡੀਆ ਦੇ ਸਾਥੀ, ਜੋ ਜਲੰਧਰ ਸ਼ਹਿਰ ਦੇ ਲੋਕ ਦੱਸਦੇ ਨੇ ਕਿ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦਿਆਂ ਹੋਇਆ ਬੀਬੀ ਸੁਰਿੰਦਰ ਕੌਰ ਜੀ ਦਾ ਦਫ਼ਤਰ ਦੇ ਉੱਤੇ ਬਹੁਤੇ ਸਮਾਂ ਉਹ ਦਫ਼ਤਰ ਬੰਦ ਰਿਹਾ ਅਤੇ ਤਾਲਾ ਲੱਗਾ ਰਿਹਾ। ਇੱਕ ਕੌਂਸਲਰ ਦਾ ਫਰਜ਼ ਹੁੰਦਾ, ਅਸੀਂ ਵੀ, ਮੈਂ ਵੀ MLA ਹਾਂ, ਅਸੀਂ ਆਪਣੇ ਹਲਕੇ ਦੇ ਵਿੱਚ, ਹੋਰ ਵੀ ਜਿੱਥੇ ਪੰਜਾਬ ਦੇ ਵਿੱਚ ਜਿੱਥੇ ਵੀ ਸਾਡੀ ਡਿਊਟੀ ਲੱਗਦੀ ਹੈ, ਜਿੱਥੇ ਭਾਈਚਾਰਾ, ਇੱਕ ਲੀਡਰ ਦਾ ਫਰਜ਼ ਹੁੰਦਾ ਆਪਣੇ ਲੋਕਾਂ ਦੇ ਨਾਲ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਣਾ। ਇਕੱਲੇ ਦਫ਼ਤਰ ਨੂੰ ਤਾਲਾ ਨਹੀਂ ਲੱਗਾ ਰਿਹਾ, ਜਲੰਧਰ ਪੱਛਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ। ਜਲੰਧਰ ਪੱਛਮੀ ਦੇ ਵੋਟਰ ਤਾਂ ਛੱਡੋ, ਮੈਂ ਗਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ, 23 ਦੇ 23 ਕੌਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਹਾਂ ਜਾਂ ਕੀ ਕਰਨਾ ਜਾਂ ਕੀ ਕਰਨ ਵਾਲਾ। ਦਿਸ ਇਜ਼ ਆ ਫਸਟ ਕੁਐਸਚਨ, ਇਹ ਸਾਡਾ ਪਹਿਲਾ ਸਵਾਲ। ਨੰਬਰ 2, ਸਭ ਤੋਂ ਅਹਿਮ ਮੁੱਦਾ, ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ ਭਾਂਤ ਵਾਕਫ ਹੋ, ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ, ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ, ਜੋ ਸਮਾਰਟ ਸਿਟੀ ਦੇ ਫੰਡ ਆਏ ਸੀ, ਕਾਰਪੋਰੇਸ਼ਨ ਤੇ ਕਿਹਦਾ ਰਾਜ? ਕਾਂਗਰਸ ਦਾ। ਤੇ ਪਿਛਲੀ ਸਰਕਾਰ ਕਿਹਦੀ ਪੰਜਾਬ ਦੇ ਵਿੱਚ? ਕਾਂਗਰਸ ਦੀ। ਕਾਂਗਰਸ ਦੀ ਪੰਜਾਬ ਸਰਕਾਰ ਹੁੰਦਿਆਂ, ਕਾਂਗਰਸ ਦੀ ਕਾਰਪੋਰੇਸ਼ਨ ਹੁੰਦਿਆਂ, ਅਰਬਾਂ ਰੁਪਏ ਦਾ ਘਪਲਾ ਸਮਾਰਟ ਸਿਟੀ ਦਾ ਜਲੰਧਰ ਦੇ ਵਿੱਚ ਹੋਇਆ, 7.5 ਅਰਬ ਦਾ, 760 ਕਰੋੜ ਦਾ। ਉਸ ਘਪਲੇ ਦੇ ਵਿੱਚ ਬੀਬੀ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ, ਜਾਂ ਤਾਂ ਉਹ ਸ਼ਾਮਿਲ ਹੈ, ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ? 760 ਕਰੋੜ ਅੱਜ ਅਗਰ ਜਲੰਧਰ ਦੇ ਸ਼ਹਿਰ ਵਾਸੀ ਤਰਾ ਤਰਾ ਕਰ ਰਹੇ ਨੇ, ਸੀਵਰੇਜ ਤੋਂ, ਗਲੀਆਂ ਤੋਂ, ਨਾਲੀਆਂ ਤੋਂ, ਸਟਰੀਟ ਲਾਈਟ ਤੋਂ, ਸੜਕਾਂ ਤੋਂ, ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ, ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ ਸੁਰਿੰਦਰ ਕੌਰ ਹੈ, ਜੋ ਹੁਣ ਜਲੰਧਰ ਪੱਛਮੀ ਦੇ ਵਿੱਚ ਉਮੀਦਵਾਰ ਐਲਾਨਤੀ। ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ ਸਮਾਰਟ ਸਿਟੀ ਦੇ ਘਪਲੇ ਬਾਰੇ? ਬੀਬੀ ਜੀ, ਤੁਹਾਡੀ ਕੀ ਰਾਏ ਹੈ? ਹੁਣ ਹੋਰ ਘਪਲੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਨੂੰ ਟਿਕਟ ਦੇ ਦਿੱਤੀ?
ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸੀਵਰੇਜ ਕੂੜੇ ਸਟਰੀਟ ਲਾਈਟ ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਕੀ ਬੀਬੀ ਸੁਰਿੰਦਰ ਕੌਰ ਜੀ ਕੇਵਲ ਇਹ ਵਾਜਿਬ ਆ ਉਹਨਾਂ ਤੋਂ ਪੁੱਛਣਾ ਨਾ ਉਹ ਕੌਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦੇ ਹੋ ਜਲੰਧਰ ਪੱਛਮੀ ਲਈ ਕੋਈ ਦੇਣ ਕੋਈ ਤੁਹਾਡਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਸਵਾਲ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਉਹ ਨਹੀਂ ਦੱਸ ਸਕਦੇ ਪਰ ਇੱਕ ਗਿਫਟ ਜ਼ਰੂਰ ਬੀਬੀ ਸੁਰਿੰਦਰ ਕੌਰ ਨੇ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪੱਛਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਉਹਨੇ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਵਰਿਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ ਪਾਸ ਲੋਕਾਂ ਦਾ ਰਹਿਣਾ ਉੱਠਣਾ ਬਹਿਣਾ ਵਿਚਰਨਾ ਮੁਸ਼ਕਿਲ ਹੋ ਚੁੱਕਿਆ ਜਿਹੜਾ ਏਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਜਿਹਦੀ ਕਲਮ ਤੇ ਜਿਹਦੇ ਦਫ਼ਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਚੁਕਾਉਣ ਦੀ ਜਿਹੜਾ ਉਹ ਨਹੀਂ ਚੁਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ ਉਹ ਜਲੰਧਰ ਪੱਛਮੀ ਦੇ ਜਿਹੜੇ ਹਰ ਗਲੀ ਦੇ ਹਰ ਪਾਸੋਂ ਹਰ ਸੜਕ ਦੀ ਸਫਾਈ ਕਿੱਥੋਂ ਕਰਾ ਦੇਣਗੇ ਸ਼ੀ ਹੈਜ਼ ਮਿਜ਼ਰੇਬਲੀ ਫੇਲਡ ਉਹਨਾਂ ਨੇ ਕਰਨਾ ਤਾਂ ਕੀ ਸੀ ਕੂੜੇ ਦਾ ਪਹਾੜ ਦੇ ਦਿੱਤਾ ਵਰਿਆਣਾ ਡੰਪ ਬਾਰੇ ਬੀਬੀ ਸੁਰਿੰਦਰ ਕੌਰ ਜੀ ਆਪ ਜੀ ਦਾ ਕੀ ਵਿਚਾਰ ਹੈ ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ ਜਲ ਹੈ ਤਾਂ ਜੀਵਨ ਹੈ ਅੱਜ ਜਲੰਧਰ ਪੱਛਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ 20 ਸਾਲਾਂ ਤੋਂ ਤੁਸੀਂ ਕੌਂਸਲਰ ਰਹੇ ਹੋ 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ ਬੀਬੀ ਜੀ ਤੁਸੀਂ ਕਿੰਨੇ ਟਿਊਬਵੈਲ ਜਿਹੜੇ ਹੈ ਇਸ ਇਲਾਕੇ 'ਚ ਲਗਾਏ ਹੈ ਉਹ ਤੁਸੀਂ ਲੋਕਾਂ ਨੂੰ ਦੱਸੋ ਜਨਤਾ ਨੂੰ ਦੱਸੋ ਮੀਡੀਆ ਨੂੰ ਦੱਸੋ ਤਾਂ 5 ਸਵਾਲ ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ ਨਾ ਤੁਸੀਂ ਲੋਕਾਂ 'ਚ ਵਿਚਰੇ ਨੰਬਰ 2 ਸਮਾਰਟ ਸਿਟੀ ਦੇ ਪੈਸਾ ਵਿੱਚ ਜਦੋਂ ਘਪਲਾ ਹੋਇਆ ਤੁਸੀਂ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਮੂੰਹ ਕਿਉਂ ਨਹੀਂ ਖੋਲਿਆ ਨੰਬਰ 3 ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ ਕੂੜੇ ਦਾ ਪਹਾੜ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਨੰਬਰ 4 ਸੜਕਾਂ ਗਲੀਆਂ ਨਾਲੀਆਂ ਸੀਵਰੇਜ ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਛ ਕੀਤਾ ਤੇ ਨੰਬਰ 5 ਪੀਣ ਵਾਲਾ ਪਾਣੀ ਟਿਊਬਵੈਲ ਕਿੰਨੇ ਲਗਾਏ ਤਾਂ ਇਹ 5 ਸਵਾਲ ਆਮ ਆਦਮੀ ਪਾਰਟੀ ਇਸ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਜਲੰਧਰ ਲੋਕਾਂ ਦੇ ਸਵਾਲ ਹੈ ਤੇ ਪੁੱਛਣਾ ਫਰਜ਼ ਹੈ ਬਿਕੋਜ਼ ਉਹ ਸੀਨੀਅਰ ਡਿਪਟੀ ਮੇਅਰ ਰਹੇ ਨੇ ਇਹਨਾਂ 5 ਮੁੱਦਿਆਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਆਪ ਜੀ ਦੀ ਕਲਮ ਦੇ ਰਾਹੀਂ ਆਪ ਜੀ ਦੇ ਨਿਊਜ਼ ਚੈਨਲਸ ਦੇ ਰਾਹੀਂ ਆਪ ਜੀ ਦੇ ਵੈਬ ਪੋਰਟਲਸ ਦੇ ਰਾਹੀਂ ਮੈਨੂੰ ਪੂਰਾ ਯਕੀਨ ਹੈ ਤੁਸੀਂ ਸਾਡੀ ਆਵਾਜ਼ ਲੋਕ ਉਹਨਾਂ ਤੱਕ ਜ਼ਰੂਰ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ